ਬਾਬਾ ਮਾਂ ਹਰਨਾਮ ਸਿੰਘ ਭੁੱਚੋ ਵਾਲੇ ਮਹਾਂਪੁਰਸ਼, ਬਾਬਾ ਆਨੰਦ ਸਿੰਘ ਦੇ ਉਸਤਾਦ, ਖੇਡਾਂ ਸਾਧੂਆਂ ਨੂੰ ਮਹਾਰਾਜ ਬਥੇਰਾ ਬੇਅੰਤ ਬਲ ਦਿੰਦੇ। ਆਪਦੇ ਨਗਰ ਗਏ ਬਾਬਾ ਮਾਂ ਹਰਨਾਮ ਸਿੰਘ ਭੁੱਚੋ ਵਾਲੇ, ਮਨਸੂਰਵਾਲ ਬੇਟ ਕਹਿੰਦੇ ਆ, ਢਿੱਲਵਾਂ, ਧਾਲੀਵਾਲ, ਇਹ ਸਾਰੇ ਨਗਰ ਨਾਲ ਨਾਲ ਪੈਂਦੇ ਉੱਥੇ ਦਰਿਆ ਦੇ ਨਾਲ, ਜਿੱਥੋਂ ਦਾ ਮਹਾਂਪੁਰਸ਼ਾਂ ਦਾ ਜਨਮ ਸਥਾਨ, ਜਿੱਥੇ ਬਾਬਾ ਮਾਂ ਹਰਨਾਮ ਸਿੰਘ ਭੁੱਚੋ ਵਾਲਿਆਂ ਦੀਆਂ ਹੱਥਾਂ ਦੀਆਂ ਮਾਲਾਂ ਪਈਆਂ, ਉੱਥੇ ਬਾਬਾ ਜੀ ਦੀ ਉਹ ਖੁੰਡੀ ਵੀ ਪਈ ਹੈ ਜਿਹਦੇ ਨਾਲ ਉਹ ਤੁਰ ਕੇ ਉਸ ਸਮੇਂ ਆਏ ਸਨ ਜਦੋਂ ਉਹਨਾਂ ਨੂੰ ਨਰਸਿੰਘ ਅਵਤਾਰ ਦੇ ਦਰਸ਼ਨ ਹੋਏ ਸੀ, ਜਦੋਂ ਸਰੀਰ ਜੁੜ ਗਿਆ ਸੀ ਉਹਨਾਂ। ਇੱਕ ਹੋਰ ਖੁੰਡੀ ਉਹਨਾਂ ਦੀ ਪਹਿਲਾਂ ਛੋਟੇ ਹੁੰਦੇ ਦੀ ਵੀ ਪਈ ਹੈ, ਪਰ ਉਹ ਜਦੋਂ ਸਿਮਰਨੇ ਨੂੰ ਹੱਥ ਵਿੱਚ ਫੜਦੇ ਨਾ ਮਾਲਾ ਨੂੰ, ਉਹਨੂੰ ਆ ਪਿਛਲੇ ਦਿਨ ਸਮਾਂ ਬਣਿਆ, ਮਦਨ ਭਾਈ ਸਾਹਿਬ ਨਾਲ ਸੀਗੇ, ਇਹ ਲੈ ਕੇ ਗਏ ਉੱਥੇ ਸਾਨੂੰ ਨਗਰ 'ਤੇ ਦਰਸ਼ਨ ਕਰਾਉਣ। ਹੁਣ ਉਹਨਾਂ ਦੀ ਇਸ ਵੇਲੇ ਪੰਜਵੀਂ ਅਤੇ ਛੇਵੀਂ ਕੁੱਲ ਹੈਗੀ ਉਸ ਨਗਰ ਵਿੱਚ, ਉੱਥੇ ਅਸਥਾਨ ਆ, ਸੰਗਤਾਂ ਬਿਆਨ ਅਤੇ ਅਭਿਆਸ ਬਾਣੀ ਦਾ ਕਰਦੀਆਂ। ਮਦਨ ਭਾਈ ਸਾਹਿਬ ਨਾਲ ਇਹ ਲੈ ਕੇ ਗਏ, ਹੋਰ ਸਿੰਘ ਵੀ ਨਾਲ ਸਨ। ਜਿਹੜਾ ਉਹ ਗੁਰੂ ਸਾਹਿਬ ਮਹਾਰਾਜ ਆਪ ਜਾਣਦੇ ਹੋ ਖੇਡ ਅੰਦਰਲੇ ਨੇ, ਵੀ ਉਹ ਜਿਹੜਾ ਸਿਮਰ ਨੇ ਜਦੋਂ ਉਹਨਾਂ ਨੇ ਹੱਥ ਲਵਾਇਆ ਨਾ ਫੜਨ ਦਾ ਮੌਕਾ ਮਿਲਿਆ, ਅਤੇ ਉਹ ਜਿਹੜੀ ਮਾਲਾ ਦੋਨੇ ਫੜੀਆਂ, ਉਹ ਖੁੰਡੇ ਅਤੇ ਉਹ ਜਿਹੜੀ ਖੇਡ ਮਹਿਸੂਸ ਹੋ ਰਹੀ ਸੀ, ਉਹ ਬਿਆਨ ਤੋਂ ਬਾਹਰ ਦੀ ਗੱਲਾਂ ਨੇ। ਹੁਣ ਮਹਾਂਪੁਰਸ਼ਾਂ ਨੂੰ ਪਤਾ, ਮਾਂ ਬੇਨਤੀ ਕਰ ਰਹੀ ਹੈ ਕਿ ਦਰਸ਼ਨ ਕਰਨੀ ਚਾਹੁੰਦੀ ਹੈ ਮਾਤਾ, ਬਾਬਾ ਮਾਂ ਹਰਨਾਮ ਸਿੰਘ ਪਚੋਲਾ ਨੇ। ਅਤੇ ਜਦੋਂ ਬਾਬਾ ਜੀ ਪਹੁੰਚਦੇ, ਪਤਾ ਸੀਗਾ ਵੀ ਸਮਾਂ ਹੋ ਗਿਆ, ਲੈਣ ਵਾਲੇ ਉਹਨਾਂ 'ਚ ਲੈ ਕੇ ਨਹੀਂ ਜਾ ਸਕਦੇ ਜਿੰਨਾ ਚਿਰ ਮਹਾਂਪੁਰਸ਼ ਆਗਿਆ ਨਾ ਦੇਣ। ਬਾਬਾ ਮਾਂ ਹਰਨਾਮ ਸਿੰਘ ਪਚੋ ਵਾਲੇ ਅੰਦਰ ਵੜਦੇ ਆ, ਅਤੇ ਮਾਂ ਪਿਆਰ ਨਾਲ ਮਸਤਾਨਾ ਕਹਿ ਕੇ ਬੁਲਾਉਂਦੀ ਹੁੰਦੀ ਸੀ ਬਾਬਾ ਮਾਂ ਹਰਨਾਮ ਸਿੰਘ ਪਚੋ ਵਾਲਿਆਂ, ਕਹਿੰਦੇ ਆ ਗਿਆ ਮਸਤਾਨੇ। ਮਹਾਂਪੁਰਸ਼ਾਂ ਨੇ ਉੱਥੇ ਬਖਸ਼ਿਸ਼ ਖੇਡ ਵਰਤਾਈ, ਮਾਤਾ ਨੇ ਉਸੇ ਟਾਈਮ ਸਰੀਰ ਛੱਡ ਦਿੱਤਾ। ਮਹਾਂਪੁਰਸ਼ ਉਸੇ ਟਾਈਮ ਪਿੱਛੇ ਮੁੜੇ ਅਤੇ ਆਨੰਦਪੁਰ ਸਾਹਿਬ ਵਾਲੇ ਪਾਸੇ ਚਾਲੇ ਪਾਉਣ ਦੀ ਇੱਛਾ ਬਣਾ ਕੇ ਤੁਰ ਪਏ। ਇੱਕ ਗੱਡੇ ਵਾਲਾ ਮਿਲਿਆ ਜਿਹੜਾ ਕਪੂਰਥਲੇ ਨੂੰ ਉਸ ਸਮੇਂ ਜਾ ਰਿਹਾ ਸੀਗਾ। ਗੱਡੇ ਵਾਲੇ ਨੇ ਗੱਡਾ ਰੋਕ ਲਿਆ, ਮਹਾਂਪੁਰਸ਼ ਕਿੱਧਰ ਚੱਲੇ? ਕਹਿੰਦੇ ਆਨੰਦਪੁਰ ਸਾਹਿਬ ਚੱਲੇ। ਕਹਿੰਦੇ ਚਲੋ ਮੈਂ ਤੁਹਾਨੂੰ ਕਪੂਰਥਲੇ ਤੱਕ ਲੈ ਚੱਲਦਾ, ਮੇਰੀ ਤਰੀਕ ਆ ਉੱਥੇ ਸਵੇਰ ਨੂੰ। ਉਹ ਗੱਡਾ ਹੱਕੀ ਜਾਂਦਾ ਅਤੇ ਉੱਥੇ ਮੰਜਾ ਰੱਖਿਆ ਹੋਇਆ ਇੱਕ ਗੱਡੇ ਦੇ ਵਿੱਚ, ਅਤੇ ਮਹਾਂਪੁਰਸ਼ਾਂ ਨੂੰ ਬੇਨਤੀ ਕਰਦੇ ਅਤੇ ਮਹਾਂਪੁਰਸ਼ ਤੁਸੀਂ ਇੱਥੇ ਲੰਮੇ ਪੈ ਜਾਵੋ। ਮਹਾਂਪੁਰਸ਼ ਆਪਦਾ ਅਭਿਆਸ ਕਰੀ ਜਾਂਦੇ ਅਤੇ ਉਹ ਆਪਦਾ ਜਿਵੇਂ ਸਾਧੂ ਮਿਲਦਾ, ਸਾਧੂ ਦੁੱਖ ਸੁੱਖ ਕਰਨਾ ਚਾਹੀਦਾ, ਦਿਲ ਦੀ ਗੱਲ ਸਾਂਝੀ ਕਰ ਰਿਹਾ, ਦੁੱਖ ਸੁੱਖ ਕਰਨ ਲੱਗ ਗਏ ਮਹਾਂਪੁਰਸ਼ ਆ ਐਂ ਕਰਕੇ ਸਾਰੀ ਗੱਲਬਾਤ। ਸਰੀਕਾ ਨੇ ਜ਼ਮੀਨ ਦੱਬ ਲਈ, ਮਹਾਂਪੁਰਸ਼ ਅੱਜ ਤਰੀਕ ਪੈਣੀ ਹੈ ਕੱਲ੍ਹ ਨੂੰ ਸਵੇਰ ਨੂੰ, ਜੇ ਕੱਲ੍ਹ ਦੀ ਤਰੀਕ 'ਚ ਫੈਸਲਾ ਮੇਰੇ ਆਲਟ ਹੋ ਗਿਆ ਮੈਂ ਉੱਜੜ ਜਾਊਂਗਾ, ਮੇਰੇ ਕੋਲ ਰਹਿਣਾ ਕੁਛ ਨਹੀਂ, ਪਰ ਜੇ ਗੁਰੂ ਨਾਨਕ ਦੀ ਕਿਰਪਾ ਹੋ ਜੇ ਤਾਂ। ਹੁਣ ਸਾਧੂ ਨੇ ਭਲਾ ਕਰਨਾ ਸੀ, ਥੋੜ੍ਹਾ ਆਟਾ ਨਾਲ ਲੈ ਕੇ ਜਿਹਦੇ ਵਿੱਚ ਚਾਰ ਰੋਟੀਆਂ ਬਣ ਸਕਦੀਆਂ ਸੀ। ਰਾਤ ਨੂੰ ਜਿੱਥੇ ਰੁਕੇ, ਪ੍ਰਸ਼ਾਦਾ ਤਿਆਰ ਕੀਤਾ ਅਤੇ ਮਹਾਂਪੁਰਸ਼ਾਂ ਨੇ ਬਾਬਾ ਮਾਂ ਹਰਨਾਮ ਸਿੰਘ ਭੁੱਚੋ ਵਾਲਿਆਂ ਨੇ ਬੇਨਤੀ ਕੀਤੀ ਵੀ ਤੁਸੀਂ ਛਕੋ। ਕਹਿੰਦੇ ਸਾਡੇ ਭਾਈ ਕੋਈ ਨਾ, ਗੁਰੂ ਨਾਨਕ ਦੀ ਖੁਸ਼ੀ ਅਸੀਂ ਤਾਂ ਨਹੀਂ ਛਕਣਾ, ਪਰ ਕੋਈ ਨਾ ਤੁਸੀਂ ਆਪਦੇ ਛਕ ਲਵੋ ਪ੍ਰਸ਼ਾਦੇ। ਉਹਨੇ ਆਪਦੇ ਦੋ ਪ੍ਰਸ਼ਾਦੇ ਉਹ ਬਚਾ ਕੇ ਰੱਖ ਲਏ, ਆਪ ਉਹ ਜਿਹੜੇ ਦੋ ਰਹਿੰਦੇ ਪ੍ਰਸ਼ਾਦੇ ਛਕ ਲਏ ਉਹਨੇ। ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ ਤੁਸੀਂ ਮੰਜੇ ਉੱਪਰ ਉੱਪਰ ਹੀ ਪੈ ਰਹੋ, ਮੈਂ ਥੱਲੇ ਪੈ ਜਾਂਦਾ। ਬਲਦ ਬੰਨ੍ਹ ਦਿੱਤੇ, ਆਪ ਥੱਲੇ ਪੈ ਗਏ। ਬਲਦ ਇੱਕ ਉਹਨਾਂ ਵਿੱਚੋਂ ਬਲਦ ਬੜੇ ਤਕਲੀਫ ਵਿੱਚ ਹੋ ਗਿਆ, ਰਾਤ ਨੂੰ ਐਂ ਲੱਗੇ ਵੀ ਜਿਵੇਂ ਇਹਨੇ ਪ੍ਰਾਣ ਤਿਆਗ ਦੇਣੇ। ਜਿਮੀਦਾਰ ਰੋਂਦਾ ਹੋਇਆ ਮਹਾਂਪੁਰਸ਼ਾਂ ਕੋਲ ਆਇਆ, ਮਹਾਂਪੁਰਸ਼ ਕਰੋ ਕੁਛ ਕਿਰਪਾ, ਵੀ ਬਲਦ ਦੀ ਹਾਲਤ ਬੜੀ ਖਰਾਬ, ਜੇ ਇਹ ਮਰ ਗਿਆ ਮੇਰੇ ਕੋਲ ਮੇਰਾ ਜਿਹੜਾ ਹੋਰ ਸਾਧਨ ਮੇਰੇ ਕਿਰਤ ਦੇ ਮਰ ਜਾਣੇ, ਮੈਂ ਕਈ ਵਾਰ ਪਹਾੜਾ ਢੋ ਕੇ ਵੀ ਆਪਦੇ ਘਰ ਦਾ ਗੁਜ਼ਾਰਾ ਚਲਾਉਣਾ। ਮਹਾਂਪੁਰਸ਼ ਹੱਸ ਕੇ ਕਹਿੰਦੇ ਚੰਗਾ, ਜਿਹੜੇ ਤੂੰ ਸਾਨੂੰ ਦੋ ਖੁਆਉਣੀਆਂ ਸੀ ਉਹਨਾਂ 'ਚੋਂ ਇੱਕ ਹੀ ਖੁਆ ਰਹੇ, ਜਾਇਦਾ ਭਲਾ ਹੋ ਜਾਊ, ਇਹਨੂੰ ਅਗਲੇ ਸਵਾਸ ਮਿਲ ਜਾਣ। ਮਹਾਂਪੁਰਸ਼ਾਂ ਦੇ ਜਿਹੜੇ ਉਹਨਾਂ ਦੇ ਭਾਵਨਾ ਦੇ ਪ੍ਰਥਾਏ, ਜਿਹੜੇ ਪ੍ਰਸ਼ਾਦਾ ਤਿਆਰ ਕੀਤਾ ਉਹਦੇ ਵਿੱਚ ਇੱਕ ਛਕਾਉਣ ਦੇ ਉੱਤੇ ਬਲਦ ਨੇ ਹਾਲੇ ਅੰਦਰ ਹੀ ਗਿਆ, ਪ੍ਰਸ਼ਾਦਾ ਹਾਲੇ ਗਾਲੀ ਕਰਦਾ ਅਤੇ ਦੇਖਦੇ ਦੇਖਦੇ ਬਲਦ ਦਾ ਮਾਰੇ ਛਾਲਾ ਐਂ ਹੋ ਗਿਆ। ਹੁਣ ਪਹੁੰਚ ਗਏ ਕਪੂਰਥਲੇ, ਮਹਾਂਪੁਰਸ਼ ਕਹਿੰਦੇ ਚੰਗਾ ਭਾਈ ਅਸੀਂ ਇੱਥੇ ਤੇਰੇ ਗੱਡੇ 'ਤੇ ਬਹਿੰਦੇ ਹਾਂ, ਨਾਲੇ ਤੇਰੇ ਬਲਦਾਂ ਦੀ ਰਾਖੀ ਕਰਦੇ ਹਾਂ, ਨਾਲੇ ਤੇਰੇ ਮੰਜੇ ਦੀ ਰਾਖੀ ਕਰਦੇ ਹਾਂ ਗੱਡੇ ਦੀ ਤੇਰੇ ਦੀ, ਜਾ ਕੇ ਤੂੰ ਕੇਸ ਜਿੱਤ ਕੇ ਆ ਜਾ। ਤੂੰ ਕੇਸ ਸਾਰਾ ਕੁਝ ਉਲਟ ਭੁਗਤਿਆ ਹੋਇਆ, ਪ੍ਰਸ਼ਾਦਾ ਨਹੀਂ ਹਾਲੇ ਛਕਾਇਆ, ਸਿਰ ਭਾਵਨਾ ਬਣਾਈ ਹੈ, ਛਕਿਆ ਨਹੀਂ ਸਾਧੂ ਨੇ, ਭਾਵਨਾ ਬਣਾ ਕੇ ਲੈ ਕੇ ਆਇਆ ਮੂਹਰੇ, ਛਕਿਆ ਨਹੀਂ, ਪਰ ਉਹ ਜਿਹੜੀ ਭਾਵਨਾ ਹੀ ਬਣਾਈ ਉਹਦੇ ਕਰਕੇ ਕਿੱਡੀ ਬਖਸ਼ਿਸ਼ ਦੇ ਰਿਹਾ ਸਾਧੂ। ਸਾਰਾ ਕੁਛ ਉਸ ਜ਼ਿਮੀਦਾਰ ਦੇ ਉਲਟ ਭੁਗਤਿਆ ਹੋਇਆ, ਕਚਹਿਰੀਆਂ 'ਚ ਅੱਜ ਉਹਦੇ ਉਲਟ ਸਾਰੇ ਭੁਗਤੇ ਹੋਏ ਨੇ, ਅਤੇ ਜਿਹੜੀ ਜ਼ਮੀਨ ਆ ਉਹਦੇ ਜਿਹੜੇ ਸਰੀਕਾਂ ਕੋਲ ਜਾਣੀ ਹੈ। ਭਾਵਨਾ ਬਣਾਈਆਂ ਛਕਿਆ ਨਹੀਂ ਸਾਧੂ ਦੀ, ਇਹੋ ਜਿਹੀ ਅਸੀਸ ਲੱਗੀ, ਜੱਜ ਆਪ ਦੇਖ ਦੇਖ ਕੇ ਹੈਰਾਨ ਹੋਵੇ, ਫੈਸਲਾ ਸਾਰਾ ਉੱਥੇ ਬਦਲਿਆ ਪਿਆ।
ਜੱਜ ਉਹਨਾਂ ਨੂੰ ਝਟਕਾ ਦਿੰਦਾ ਅਤੇ ਸਿੱਖ ਨੂੰ ਸਤਿਕਾਰ ਕਰਕੇ ਕਹਿੰਦਾ ਜਾ ਆਪਦੇ ਜਾ ਕੇ ਜ਼ਮੀਨ ਵਾਹ ਲਾ, ਜੇ ਤੈਨੂੰ ਕੋਈ ਸਮੱਸਿਆ ਆਈ ਤਾਂ ਸਾਨੂੰ ਫਿਰ ਤੂੰ ਸਾਨੂੰ ਦਰਖਾਸਤ ਲਾ ਦੇਵੀਂ। ਅਤੇ ਜਦੋਂ ਜ਼ਮੀਨ ਮਿਲ ਗਈ ਖੁਸ਼ ਹੋ ਕੇ ਆਇਆ ਵਾਪਸ ਅਤੇ ਸਾਧੂ ਨੇ ਉੱਥੇ ਅਸੀਸ ਦੇਖਿਆ ਅੱਗੇ ਤੁਰ ਪਿਆ। ਭਾਵ ਜਿਹੜੇ ਇਹ ਜਿਹੜੀਆਂ ਸੇਵਾ ਨੇ ਇਹਨਾਂ ਵਿੱਚ ਬੜੇ ਬਹੁਤ ਸੁੱਖ ਮਿਲਦਾ, ਗੁਰਸੇਵਾ 'ਤੇ ਸੁੱਖ ਉਪਜੇ, ਇਹ ਤੋਂ ਸੁੱਖ ਮਿਲਦਾ ਜਿਹੜੇ ਆਪਾਂ ਸੇਵਾ ਸੰਗਤ ਦੀ ਕਰੀਏ, ਗੁਰੂ ਸਾਹਿਬ ਦੀ ਕਰੀਏ।